ਕਰ ਦਿੱਤੀ ਗਈ ਹੈ। ਇੰਨਾ ਹੀ ਨਹੀਂ, ਜਿਹੜੇ ਕਾਂਗਰਸੀ ਆਗੂ ਨੇ ਭਾਰਤ ਭੂਸ਼ਣ ਆਸ਼ੂ, ਉਹਨਾਂ ਦੇ ਘਰ ਦੇ ਬਾਹਰ ਵੀ ਦੇਖਿਆ ਜਾ ਸਕਦਾ ਕਿ ਪੁਲਿਸ ਤੈਨਾਤ ਕਰ ਦਿੱਤੀ ਗਈ ਹੈ। ਤਾਂ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਨੇ, ਦੇਖਿਆ ਜਾ ਸਕਦਾ ਸੀ ਕਿ ਬੀਤੇ ਦਿਨੀ ਕਾਂਗਰਸ ਪਾਰਟੀ ਦੇ ਵੱਲੋਂ ਇਸ ਗੱਲ ਦਾ ਦਾਅਵਾ ਕੀਤਾ ਗਿਆ ਸੀ ਕਿ ਜਿਹੜੇ ਕਾਂਗਰਸੀ ਆਗੂ ਨੇ, ਇਸ ਦੇ ਨਾਲ ਹੀ ਵਰਕਰ ਨੇ, ਸਾਰਿਆਂ ਦੇ ਵੱਲੋਂ ਜਾ ਕੇ ਸਾਹਮਣੋਂ ਦੀ ਆਪਣੀ ਗ੍ਰਿਫਤਾਰੀ ਦਿੱਤੀ ਜਾਏਗੀ। 5 ਮਾਰਚ ਦਾ ਦਿਨ ਜਿਹੜਾ ਨਿਰਧਾਰਿਤ ਕੀਤਾ ਗਿਆ ਸੀ, ਸਮਾਂ ਵੀ ਜਿਹੜਾ ਬੀਤੇ ਦਿਨ ਜਿਹੜੇ ਕਾਂਗਰਸੀ ਆਗੂ ਨੇ MP ਬਿੱਟੂ ਉਹਨਾਂ ਦੇ ਵੱਲੋਂ ਸਮਾਂ ਵੀ ਜਿਹੜਾ ਦਿੱਤਾ ਗਿਆ ਸੀ 12 ਵਜੇ ਦਾ। ਤਾਂ ਥੋੜ੍ਹੀ ਹੀ ਦੇਰ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਇਹ ਸਮਾਂ ਜਿਹੜਾ ਪੂਰਾ ਹੋਣ ਜਾ ਰਿਹਾ, ਪਰ ਉਸ ਤੋਂ ਪਹਿਲਾਂ ਹੀ ਦੇਖਿਆ ਜਾ ਸਕਦਾ ਕਿ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਪੁਲਿਸ ਜਿਹੜੀ ਹੈ ਤੈਨਾਤ ਕਰ ਦਿੱਤੀ ਗਈ ਹੈ। ਇੰਨਾ ਹੀ ਨਹੀਂ, ਜਿਹੜੇ ਕਾਂਗਰਸੀ ਆਗੂ ਨੇ ਭਾਰਤ ਭੂਸ਼ਣ ਆਸ਼ੂ, ਉਹਨਾਂ ਦੇ ਘਰ ਦੇ ਬਾਹਰ ਵੀ ਪੁਲਿਸ ਤੈਨਾਤ, ਸਿਕਿਉਰਿਟੀ ਜਿਹੜੀ ਹੈ ਲਗਾ ਦਿੱਤੀ ਗਈ ਹੈ। ਤਾਂ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗ ਰਿਹਾ ਕਿ ਇਸ ਤੋਂ ਪਹਿਲਾਂ ਕਿ ਕਾਂਗਰਸੀ ਆਗੂ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਪਹੁੰਚਣ, ਉਸ ਤੋਂ ਪਹਿਲਾਂ ਹੀ ਉਹਨਾਂ ਨੂੰ ਨਜ਼ਰਬੰਦ ਕਰ ਲਿੱਤਿਆ ਜਾਏਗਾ। ਇਹ ਅਸੀਂ ਨਹੀਂ ਕਹਿ ਰਹੇ, ਬਲਕਿ ਸੂਤਰਾਂ ਦੇ ਹਵਾਲੇ ਤੋਂ ਇਸ ਗੱਲ ਦਾ ਪਤਾ ਲੱਗ ਰਿਹਾ, ਕਿਉਂਕਿ 12 ਵਜੇ ਦਾ ਸਮਾਂ ਦਿੱਤਾ ਗਿਆ ਸੀ ਫਰੈਂਡਸ ਰੀਜੈਂਸੀ ਦੀ ਪਾਰਕਿੰਗ ਦੇ ਵਿੱਚ। ਕਾਂਗਰਸ ਪਾਰਟੀ ਨੇ ਇਕੱਠਿਆਂ ਹੋ ਕੇ ਪੁਲਿਸ ਕਮਿਸ਼ਨਰ ਦਫ਼ਤਰ ਵੱਲ ਦਾ ਰੁੱਖ ਕਰਨਾ ਸੀ, ਪਰ ਉਸ ਤੋਂ ਪਹਿਲਾਂ ਹੀ ਦੇਖਿਆ ਜਾ ਸਕਦਾ ਕਿ ਸਿਕਿਉਰਿਟੀ ਜਿਹੜੀ ਹੈ ਤੈਨਾਤ ਕਰ ਦਿੱਤੀ ਗਈ ਹੈ। ਗੱਲ ਕੀਤੀ ਜਾਏ ਕਾਂਗਰਸੀ ਆਗੂਆਂ ਦੀ, ਤਾਂ ਸੁੰਦਰ ਸ਼ਾਮ ਅਰੋੜਾ, ਸੰਜੇ ਤਲਵਾਰ, MP ਰਵਨੀਤ ਬਿੱਟੂ, ਇਸ ਦੇ ਨਾਲ ਹੀ ਜਿਹੜੇ ਭਾਰਤ ਭੂਸ਼ਣ ਆਸ਼ੂ ਨੇ, ਇਸ ਤੋਂ ਇਲਾਵਾ ਕਾਂਗਰਸ ਦੇ ਵਿੱਚ ਜਿਹੜੇ ਵਰਕਰ ਨੇ, ਸਾਰਿਆਂ ਦੇ ਵੱਲੋਂ ਕਿਹਾ ਗਿਆ ਸੀ ਕਿ ਉਹਨਾਂ ਦੇ ਵੱਲੋਂ ਗ੍ਰਿਫਤਾਰੀ ਦਿੱਤੀ ਜਾਏਗੀ। ਦੇਖਿਆ ਜਾ ਸਕਦਾ ਸੀ ਕਿ ਬੀਤੇ ਦਿਨੀ ਨਗਰ ਨਿਗਮ Zone A ਦੇ ਬਾਹਰ ਕਾਂਗਰਸ ਜਿਹੜੀ ਹੈ ਪ੍ਰਦਰਸ਼ਨ ਕਰਨ ਦੇ ਲਈ ਪਹੁੰਚਦੀ ਹੈ, ਤਾਲਾ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਨਗਰ ਨਿਗਮ ਦਫ਼ਤਰ ਨੂੰ, ਜਿਸ ਦੇ ਮਗਰੋਂ ਦੇਖਿਆ ਜਾ ਸਕਦਾ ਸੀ ਕਿ ਪਰਚਾ ਦਰਜ ਹੁੰਦਾ ਕਾਂਗਰਸੀ ਆਗੂਆਂ ਦੇ ਉੱਪਰ, ਵਰਕਰਾਂ ਦੇ ਉੱਪਰ, ਜਿਸ ਦੇ ਮਗਰੋਂ ਇੱਕ ਮੀਟਿੰਗ ਵੀ ਜਿਹੜੀ ਹੈ ਫਰੈਂਡਸ ਏਜੰਸੀ ਦੇ ਵਿੱਚ ਕੀਤੀ ਗਈ, ਅਤੇ ਦਾਅਵਾ ਕੀਤਾ ਜਾ ਰਿਹਾ ਸੀ ਕਿ ਸਾਨੂੰ ਕੋਈ ਕੀ ਗ੍ਰਿਫਤਾਰ ਕਰੇਗਾ, ਅਸੀਂ ਸਾਹਮਣੋਂ ਦੀ ਜਾ ਕੇ ਆਪਣੀ ਗ੍ਰਿਫਤਾਰੀ ਆਪ ਦੇਵਾਂਗੇ। ਅਤੇ ਉਸ ਦੇ ਲਈ ਦਿਨ ਵੀ ਜਿਹੜਾ ਨਿਰਧਾਰਿਤ ਕੀਤਾ ਗਿਆ ਸੀ 5 ਮਾਰਚ ਦਾ, 12 ਵਜੇ ਦਾ ਸਮਾਂ ਦਿੱਤਾ ਗਿਆ ਸੀ। ਤਾਂ ਹੁਣ ਦੇਖਣਾ ਇਹ ਹੋਏਗਾ ਕਿ ਸਿਕਿਉਰਿਟੀ ਜਿਹੜੀ ਹੈ ਕਿਹੜੇ ਕਾਰਨਾਂ ਦੇ ਕਰਕੇ ਭਾਰਤ ਭੂਸ਼ਣ ਆਸ਼ੂ ਦੇ ਘਰ, ਇਸ ਦੇ ਨਾਲ ਹੀ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਤੈਨਾਤ ਹੈ, ਕਿਉਂਕਿ ਸੂਤਰਾਂ ਦੇ ਹਵਾਲੇ ਤੋਂ ਇਹ ਪਤਾ ਲੱਗ ਰਿਹਾ ਕਿ ਨਜ਼ਰਬੰਦ ਕਰ ਦਿੱਤਾ ਜਾਏਗਾ। ਤਾਂ ਅੱਗੇ ਕੀ ਹੋਏਗਾ ਇਹ ਤਾਂ ਸਮਾਂ ਆਉਣ 'ਤੇ ਹੀ ਪਤਾ ਲੱਗੇਗਾ, ਪਰ ਫਿਲਹਾਲ ਦੇ ਲਈ ਸਿਕਿਉਰਿਟੀ ਜਿਹੜੀ ਹੈ ਉਹਨਾਂ ਦੇ ਘਰ ਦੇ ਬਾਹਰ ਤੈਨਾਤ ਕਰ ਦਿੱਤੀ ਗਈ ਹੈ। ਸੰਜੇ ਵੀ ਉੱਥੇ ਮੌਕੇ ਗਏ ਸੀਗੇ ਕੋਈ ਪੁਲਿਸ ਵਾਲੇ, ਤੇ ਉਹਨੂੰ ਪਰ ਫਿਰ ਰੋਕਿਆ ਨੀ, ਉਹ ਆ ਗਿਆ, ਹੁਣ ਉਹ ਮੌਕੇ ਤੇ ਚਲਾ ਗਿਆ। ਉਹਨੇ ਮੈਨੂੰ ਕਿਹਾ ਵੀ ਤੁਸੀਂ ਘਰੋਂ ਨਿਕਲ ਗਏ ਹੋ ਦੌੜ ਮਾਰ ਕੇ, ਪਤਾ ਨੀ